ਵੈਲਕਮ ਦੋਸਤੋ, ਮੈਂ ਰਾਸ਼ਦ ਕਮਾਲ ਫੈਸਲਾਬਾਦ ਮੁਨਰਵਾ ਸਨਵੇ ਤੋਂ ਇਸ ਟਾਈਮ ਅਸੀਂ ਵੀਡੀਓ ਬਣਾ ਕੇ ਤੁਹਾਡੇ ਕੋਲ ਭੇਜ ਰਹੇ ਹਾਂ ਸਰਵੇਸ ਕਰਕੇ। ਮੁਨਰਵਾ ਸਨਵੇ ਦੇ ਵਿੱਚ 29 ਨਵੰਬਰ ਤੋਂ ਸਾਡਾ ਡਰਾਮਾ ਸ਼ੁਰੂ ਹੋ ਰਿਹਾ ਹੈ। ਕੀ ਡਰਾਮੇ ਦਾ ਨਾਮ ਹੈ ਜੀ? ਸੋਹਣੇ ਮੁਖੜੇ ਆ ਸਾਰੇ ਸਾਡੇ ਨਾਲ ਨੇ, ਸੋਹਣੇ ਮੁਖੜੇ। ਇਹ ਤੁਹਾਨੂੰ ਮੈਂ ਇਹਨਾਂ ਦਾ ਤਾਰਫ ਕਰਾਉਂਦਾ ਜਾਵਾਂ ਅਤੇ ਇਹ ਸਾਡੇ ਪੂਰੇ ਪਾਕਿਸਤਾਨ ਦੇ ਵਿੱਚ ਸਰੈਕੀ ਪੱਟੀ ਦੇ ਇਹਨਾਂ ਦਾ ਬੜਾ ਨਾਮ ਹੈ, ਚਾਹਤ ਬਲੋਚ। ਇਹ ਪਹਿਲੀ ਵਾਰੀ ਫੈਸਲਾਬਾਦ 'ਚ ਪਰਫਾਰਮੈਂਸ ਕਰ ਰਹੇ ਨੇ ਅਤੇ ਇਹਨਾਂ ਦੀ ਪਰਫਾਰਮੈਂਸ ਇਸ ਤਰ੍ਹਾਂ ਦੀ ਹੈ ਕਿ ਇਹਨਾਂ ਕੋਲ ਬੜਾ ਮੁਸ਼ਕਲ ਟਾਈਮ ਲਿਆ ਇੱਥੇ, ਅਤੇ ਯਕੀਨ ਕਰੋ ਇਹਨਾਂ ਕੋਲ ਤਾਂ ਟਾਈਮ ਹੀ ਨਹੀਂ ਸੀ ਹੈ ਸਰ। ਇਹਨਾਂ ਦੀ ਪਰਫਾਰਮੈਂਸ ਨਾ ਧੰਦਾ ਠੰਡਾ ਨਾ ਕਿਉਂਕਿ ਧੁੰਦਾਂ ਦੇ ਵਿੱਚ ਇਹਨਾਂ ਕੋਲ ਟਾਈਮ ਸੀ। ਨਾਲ ਹੈ ਮੇਰੇ ਬੇਬੀ ਜਾਨ, ਤੁਹਾਨੂੰ ਪਤਾ ਹੀ ਹੈ ਕਿ ਜਵਾਨ ਨਜ਼ਰ ਆ ਰਹੀ ਨਾ, ਬੇਬੀ ਜਾਨ ਸਭ ਤੋਂ ਜਵਾਨ ਮੇਰੀ ਜਾਨ। ਅਸਲਾਮ ਅਲੈਕਮ, ਕੈਸੇ ਫਰੈਂਡਸ ਆਪ, ਸਭ ਠੀਕ ਠਾਕ ਹੈ ਜੀ? ਆਈ ਐਮ ਬੇਬੀ ਜਾਨ ਔਰ ਆਪਕੋ ਤਾਂ ਪਤਾ ਮੈਂ ਸਭ ਕੀ ਜਾਨ ਹੂੰ। ਔਰ ਫਰੈਂਡਸ, ਆਪਕੇ ਲਈ ਗੁੱਡ ਨਿਊਜ਼, ਮਾਈ ਚਾਹਤ ਜਾਨ ਸ਼ੀ ਇਜ਼ ਵਰਕਿੰਗ ਹੇਅਰ ਇਨ ਨਵਾ ਥੀਏਟਰ ਐਂਡ ਫੈਸਲਾਬਾਦ ਮੇਂ ਔਰ ਆਜ ਸੇ ਸਟਾਰਟ ਹੈ ਪਲੇ ਹਮਾਰਾ। ਪਲੀਜ਼ ਆਪ ਜ਼ਰੂਰ ਦੇਖਨੇ ਕੇ ਲਈ ਆਈਏਗਾ ਔਰ ਫੁੱਲ ਟੀਮ ਕੇ ਸਾਥ ਔਰ ਹਮਾਰੇ ਪ੍ਰੋਡਿਊਸਰ ਸਾਹਿਬ ਹੈ ਜੀ ਮਿਸਟਰ ਸ਼ਹਿਬਾਜ਼ ਐਂਡ ਮਿਸਟਰ ਸ਼ਾਨੀ ਐਂਡ ਯੂ ਨੋ ਦੈਟਸ ਵੈਰੀ ਵੈਲ। ਸੋ ਪਲੀਜ਼ ਆਪਕਾ ਸਬਕਾ ਵੇਟ ਹੋਗਾ ਫੁੱਲ ਕੰਪਲੀਟ ਟੀਮ ਕੇ ਸਾਥ ਔਰ ਹਮਾਰੇ ਜੋ ਡਾਇਰੈਕਟਰ ਸਾਹਿਬ ਹੈ ਮਹਿਤ ਸ਼ਾਨ ਸਾਹਿਬ ਔਰ ਡਰਾਮਾ ਬਹੁਤ ਅੱਛਾ ਹੈ ਔਰ ਬਹੁਤ ਅੱਛਾ ਹੈ। ਪਲੀਜ਼ ਅਪਲਾਈ ਕਰੇਂਗੇ ਔਰ ਵੈਰੀ ਵੈਰੀ ਸੈਕਸੀ ਵੀ। ਹਾਂ ਜੀ ਮੈਡਮ, ਚਾਹ ਤਾਂ ਆਪ ਬਤਾਏ ਜ਼ਰਾ ਕੀ ਕਹਿਣਾ ਚਾਹਤੀ ਹੈ ਆਪ ਡਰਾਮੇ ਕੇ ਬਾਰੇ ਮੇਂ? ਜੀ ਅਸਲਾਮੁਅਲੈਕੁਮ, ਵਾਲੇਕੁਮ ਸਲਾਮ ਪਿਆਰੇ ਬੱਚੋ, ਵਾਲੇਕੁਮ ਸਲਾਮ ਜ਼ਰੂਰ ਕਹਿਣਾ ਇਨਕੋ ਕਿਉਂਕਿ ਇਨਸੇ ਹਮਨੇ ਪਿਆਰ ਕਰਨਾ ਹੈ ਤਾਂਕਿ ਇਨਕੋ ਯੇ ਲੱਤ ਪੜ ਜਾਏ ਥੀਏਟਰ ਕੀ, ਕਿਉਂਕਿ ਥੀਏਟਰ ਜੋ ਹੈ ਨਾ ਵੋ ਆਪਕੋ ਪਤਾ ਹੈ ਇਨਕੇ ਕਾਮ ਸੇ ਥੋੜਾ ਸਾ ਡਿਫਰੈਂਟ ਹੈ, ਲੇਕਿਨ ਇਹ ਯੇ ਅਭੀ ਫੈਸਲਾਬਾਦ ਮੇਂ ਪਰਫਾਰਮੈਂਸ ਕਰ ਰਹੀ ਹੈ ਤੋ ਇਨਸ਼ਾਅੱਲਾ ਮਜ਼ਾ ਆਏਗਾ ਇਨਕੋ ਵੀ ਔਰ ਹਮੇ ਵੀ। ਤੋ ਜੀ ਚਾਹਤ ਬਤਾਏ ਜ਼ਰਾ ਆਪ ਕਿਧਰ ਕਾਮ ਕਰ ਰਹੀ ਹੈ ਮੁਨਰਵਾ ਸਿਨਮੇ ਮੇਂ 29 ਨਵੰਬਰ ਤੋਂ? ਕਿਹੜੇ ਡਰਾਮੇ ਦਾ ਨਾਮ ਕੀ ਹੈ? ਫੈਸਲਾਬਾਦ ਦੇ ਵਿੱਚ ਇਹ ਨਵੀਂ ਸਟੋਰੀ ਹੈ ਔਰ ਡਿਫਰੈਂਟ ਫਨਕਾਰਾਂ ਦੇ ਨਾਲ ਔਰ ਹਰ ਚੀਜ਼ ਅਸੀਂ ਨਵੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸਾਡੇ ਇਸ ਡਰਾਮੇ ਦੇ ਡਾਇਰੈਕਟਰ ਨੇ ਸ਼ਾਨ ਸਾਹਿਬ ਆ ਮੇਰੇ ਕੋਲ ਖਲੋਤੇ ਨੇ ਚੈੱਕ ਵਾਲਾ ਕੋਟ ਪਾ ਕੇ ਇੱਧਰ ਆਓ, ਪਤਾ ਨਹੀਂ ਇਹ ਵੀਡੀਓ ਦੇ ਵਿੱਚ ਇਸ ਕਰਕੇ ਨਹੀਂ ਆਉਂਦੇ ਸਿਰਫ ਕਿ ਕੋਟ ਇਹਨਾਂ ਦਾ ਕਿਸੇ ਨੇ ਪਛਾਣ ਲੈਣਾ ਵਾ। ਪਲੀਜ਼ ਇੱਧਰ ਆਏ ਸਰ, ਇੱਧਰ ਆਏ ਸਰ, ਸ਼ਾਨ ਸਾਹਿਬ ਹਮਾਰੇ ਡਾਇਰੈਕਟਰ ਹੈ। ਡਾਇਰੈਕਟਰ ਸਾਹਿਬ, ਇਹ ਚਾਹਤ ਬਲੋਚ ਔਰ ਬੇਬੀ ਜਾਨ ਕੇ ਬਾਰੇ ਮੇਂ ਬਤਾਏ ਥੋੜਾ ਸਾ ਕਿ ਕਿਆ ਕਹਿਣਾ ਚਾਹਤੇ ਹੈਂ ਇਨਕੇ ਬਾਰੇ ਮੇਂ ਆਪ? ਦੇਖੋ ਜੀ, ਪਹਿਲੀ ਵਾਰ ਸਟੇਜ ਪੇ ਚਾਹਤ ਬਲੋਚ ਪਰਫਾਰਮ ਕਰ ਰਹੀ ਹੈ ਔਰ ਸੋਸ਼ਲ ਮੀਡੀਆ ਪੇ ਆਪਨੇ ਦੇਖਾ ਹੋਗਾ, ਫੇਸਬੁੱਕ ਪੇ ਦੇਖਾ ਹੋਗਾ, ਟਿਕਟੋਕ ਪੇ ਦੇਖਾ ਹੋਗਾ, ਲੇਕਿਨ ਆਜ ਹਮ ਇਨਕੋ ਜ਼ਿੰਦਾ ਦੇਖ ਰਹੇ ਹੈਂ ਹਮਾਰੇ ਸਾਹਮਣੇ। ਯੇ ਬੜੀ ਅੱਛੀ ਬਾਤ ਹੈ ਕਿ ਚਲੇ ਪਰਫਾਰਮੈਂਸ ਕਰ ਰਹੀ ਹੈ, ਐਕਟ ਕਰੇਗੀ, ਡਰਾਮਾ ਕਰੇਗੀ ਔਰ ਬੜਾ ਖੂਬਸੂਰਤ ਡਰਾਮਾ ਹੈ। ਰਾਸ਼ਦ ਸਾਹਿਬ ਸਾਹੀਵਾਲ ਗਏ ਹੋਏ ਤੇ ਪਿਛਲੇ ਦਿਨੋਂ ਵਹਾਂ ਸੇ ਕੋਲ ਮੰਗ ਕੇ ਲਾਏ ਹੈ, ਲੇਕਿਨ ਵੋ ਬੰਦਾ ਯਹਾਂ ਆ ਰਹਾ ਹੈ ਇਨਸੇ ਲੇਨੇ ਕੇ ਲੀਏ। ਤੋ ਬੜਾ ਅੱਛਾ ਡਰਾਮਾ ਤਿਆਰ ਕੀਆ ਹਮਨੇ ਇਸਕਾ, ਰਾਸ਼ਦ ਕਮਾਲ ਕਾ ਬੜਾ ਅੱਛਾ ਰੋਲ ਹੈ, ਬੇਬੀ ਜਾਨ ਕਾ ਇਸਮੇ ਬੜਾ ਅੱਛਾ ਰੋਲ ਹੈ, ਹਸਨੈਨ ਕਮਾਲ ਹੈ, ਫਲਕ ਸ਼ੇਰ ਹੈ ਔਰ ਹਮਾਰਾ ਇੱਕ ਜੋ ਸੁਪਰ ਸਟਾਰ ਹਮਾਰੇ ਥੀਏਟਰ ਕੀ ਸ਼ਾਨ ਜਾਨ ਆਨ ਹੈ ਤਸਲੀਮ ਅਬਾਸ ਰਕਸ਼ਾ ਫੇਮ ਹੈ, ਰਕਸ਼ਾ ਫੇਮ ਵੋ ਇਸ ਵਗੈਰਾ ਥੋੜਾ ਸਾ ਬਿਜ਼ੀ ਹੈ ਅੰਦਰ ਗਾਲਬਨ ਖਾਣਾ ਖਾ ਰਹੇ ਹੈ। ਤੋ ਅਮਦਾਦ ਗੜਗੀਲਾ ਸਾਹਿਬ ਹੈ ਇਸਮੇ, ਯੇ ਹਮਾਰੀ ਮੇਲ ਕਾਸਟ ਹੈ, ਫੀਮੇਲ ਕਾਸਟ ਮੇਂ ਹੈ, ਮੇਲ ਫੀਮੇਲ ਕਾਸਟ ਮੇਂ ਹੈ ਚਾਹਤ ਬਲੋਚ। ਅਮਦਾਦ ਆ ਜਾਏ, ਯੇ ਅਮਦਾਦ ਗੜਗੀਲਾ, ਚਾਹਤ ਬਲੋਚ ਆਪ ਇਤਨੇ ਗੈਪ ਕੇ ਬਾਅਦ ਪਹਿਲੇ ਆਪਨੇ ਗੁਜਰਾਂ ਵਾਲੇ ਕਾਮ ਕੀਆ? ਫੈਸਲਾਬਾਦ ਮੇਂ ਆਪਨੇ ਸਟੇਜ ਡਰਾਮਾ ਪਹਿਲੀ ਬਾਰ ਕਰ ਰਹੀ ਹੈ, ਇਸਸੇ ਪਹਿਲੇ ਆਪਨੇ ਨਹੀਂ ਕੀਆ? ਮੁਨਰਵਾ ਥੀਏਟਰ ਪੂਰੇ ਪੰਜਾਬ ਮੇਂ, ਪੂਰੇ ਪਾਕਿਸਤਾਨ ਮੇਂ, ਬਲਕਿ ਰਾਸ਼ਿਦ ਸਾਹਿਬ ਕੇ ਚੈਨਲ ਕੇ ਤੌਰ ਸੇ ਪੂਰੀ ਦੁਨੀਆ ਮੇਂ ਦੇਖਾ ਜਾਤਾ ਹੈ ਔਰ ਮੁਨਰਵਾ ਥੀਏਟਰ ਕੋ ਲੋਕ ਜਾਣਤੇ ਹੈ, ਯੇ ਹਮਾਰਾ ਨੈਸ਼ਨਲ ਇੰਟਰਨੈਸ਼ਨਲ ਥੀਏਟਰ ਇਸਕੋ ਹਮ ਕਹਿੰਦੇ ਹੈਂ। ਸਰ ਰਾਣਾ ਸ਼ਾਨੀ ਪ੍ਰੋਡਕਸ਼ਨ ਚ ਹਮੇਸ਼ਾ ਡਰਾਮੇ
ਖੂਬਸੂਰਤ ਅੱਛੇ ਹੋਏ ਨੇ। ਐਤਕੀ ਜਿਹੜਾ ਡਰਾਮਾ ਸ਼ੁਰੂ ਹੋਇਆ ਮੈਂ ਕਹਿ ਰਿਹਾ ਵਾਂ ਕਿ ਜੀ ਅਸੀਂ ਰਿਹਰਸਲ ਕਰ ਰਹੇ ਹਾਂ, ਅਸੀਂ ਇੰਨਾ ਐਂਟਰਟੇਨ ਹੋ ਰਹੇ ਹਾਂ, ਤੁਸੀਂ ਆਓਗੇ ਤਾਂ ਤੁਸੀਂ ਵੇਖੋਗੇ ਕਿੰਨਾ ਮਜ਼ੇਦਾਰ ਡਰਾਮਾ ਯਾਰ। ਇਹ ਤਾਂ ਬਾਤ ਹੈ, ਮਗਰ ਇਨਸੇ ਪੁੱਛੇ ਮਹਿਮਾਨ ਹੈ ਕਿ ਆਪਨੇ ਕੁਛ ਖਾਇਆ ਪੀਆ ਜਾਂ ਕੁਛ ਖਾਇਆ ਪੀਆ ਕਿ ਇਹ ਵੀ ਬਤਾਏ ਕੋਈ ਆਪਕੀ ਉਹ ਚਾਹਤ ਕੋਈ ਨਹੀਂ ਖਾਣਾ ਖੁਣਾ ਖਾਣਾ ਤੁਸੀਂ ਆਪ ਦੀਦਾਰ ਕੀ ਬਹਿਨ ਕੋ ਦੋਨੋ ਲੜਕੀਆਂ ਹਮਾਰੇ ਸਾਥ ਔਰ ਵਫਾ ਹੈ ਜੀ ਵਫਾ ਵਫਾ ਵੀ ਹੈ ਹਮਾਰੇ ਸਨਾ ਖਾਨ ਸਨਾ ਖਾਨ ਵੀ ਹੈ ਔਰ ਹਮਾਰੀ ਟੀਮ ਸਰਦੀਆਂ ਦਾ ਮੌਸਮ ਬਹੁਤ ਹੀ ਪਿਆਰਾ ਹੋਤਾ ਹੈ, ਇਤਨਾ ਪਿਆਰਾ ਹੋਤਾ ਹੈ ਜੇ ਦੇਖੇ ਨਾ ਖੜੇ ਹੈ ਮੈਂ ਇਕੱਠੇ ਇਕੱਠੇ ਹੋ ਕੇ ਮਜ਼ਾ ਆ ਰਿਹਾ ਹੈ। ਗਰਮੀਓ ਮੈਂ ਤੋ ਆਦਮੀ ਕਹਿੰਦਾ ਵੀ ਦੂਰ ਹੋ ਜਾਏ ਗਰਮੀਓ ਮੈਂ, ਤਾਂ ਵੋ ਹੈ ਨਾ ਵੋ ਜੋ ਸੋਨ ਬਾਦੋ ਮੈਂ ਬਲਕਿ ਇਹ ਜੋ ਵੋ ਜੋ ਸੋਨ ਬਾਦੋ ਮੈਂ ਜੋ ਹੋਤਾ ਹੈ ਨਾ ਵੋ ਚਿਪਚਿਪਾਹਟ ਹਿਚਕਿਚਾਹਟ ਔਰ ਆਪਕੇ ਲਈ ਤੋ ਜੇ ਸਰਦੀਓ ਕਾ ਮੌਸਮ ਸੀਜ਼ਨ ਹੈ ਮੈਂ ਵੀ ਇਹਨਾਂ ਦਾ ਸੁਣਾੜਿਆ ਦਾ ਕੰਮ ਹੈ ਸੀਜ਼ਨ ਕਿਉਂ ਇਹ ਦੇਖੋ ਨਾ ਜੀ ਇਹ ਦੇਖੋ ਜਰਾ ਅੱਛਾ ਪਲੀਜ਼ ਅਬੀ ਐਕਸਕਿਊਜ਼ ਮੀ ਮੈਂ ਕਿਹਾ ਮੈਂ ਬੇਬੀ ਜਾਨ ਨਾਲ ਵੇਖ ਕੇ ਚਾਹਤ ਜੀ ਨਾਲ ਦੇਖ ਕੇ ਲੱਗ ਰਿਹਾ ਮਈ ਜੂਨ ਚ ਵੀ ਲੱਗਦਾ ਕਿ ਦਸੰਬਰ ਹੈ ਅੱਛਾ ਜੀ ਵਾਹ ਵਾਹ ਇਹ ਪਤਲੀ ਸਾਈਡ ਵੇਖ ਕੇ ਨਾ ਦਸੰਬਰ ਚ ਲੱਗਦਾ ਵੀ ਮਈ ਜੂਨ ਆ ਕਿਆਮਤ ਦੀ ਗਰਮੀ ਅੱਗ ਵਰਨ ਦੇ ਅੱਛਾ ਅਮਦਾਦ ਕਟਕੀਲੇ ਦੇ ਵੀ ਸੁਣ ਲਓ ਯਾਰ ਵਿੱਚ ਖਲੋਤਾ ਹੈ ਨੈਸ਼ ਜਿਹਾ ਲੱਗਣ ਦੇ ਆ ਆ ਪਲੀਜ਼ ਐਸਾ ਕਰੇ ਬਾਤ ਬਤਾ ਦੇ ਕਿ ਡਰਾਮਾ ਜੋ ਆਪ ਕਰ ਰਹੇ ਹੈ 29 ਨਵੰਬਰ ਸੇ ਜੀ ਉਰਦੂ ਮੇ ਕਰਨੀ ਹੈ ਆਪਨੇ ਬਤਾਏ ਜੀ ਸਰ ਡਰਾਮਾ ਬਹੁਤ ਅੱਛਾ ਹੈ ਜੀ ਸ਼ਾਮ ਸਾਹਿਬ ਹਮਾਰੇ ਡਾਇਰੈਕਟਰ ਹੈ ਔਰ ਰਾਸ਼ਦ ਸਾਹਿਬ ਸਲੈਨ ਸਾਹਿਬ ਫਲਕ ਸ਼ੇਰ ਸਾਹਿਬ ਔਰ ਮੈਡਮ ਚਾਹ ਜੀ ਡਰਾਮਾ ਮੈਂ ਇਸਨੇ ਲੋਕਾਂ ਨੇ ਸਭ ਨੇ ਬਹੁਤ ਅੱਛੀ ਮਿਹਨਤ ਕੀ ਹੈ ਅੱਛਾ ਹੁਣ ਔਰ ਜ਼ਿਆਦਾ ਸਭ ਤੋਂ ਜ਼ਿਆਦਾ ਮਿਹਨਤ ਜਸ਼ਾਨ ਸਾਹਿਬ ਕੀ ਹਮਾਰੇ ਡਾਇਰੈਕਟਰ ਕੀ ਹੈ ਜੋ ਮੈਂ ਮਿਹਨਤ ਕਰਾ ਰਹੇ ਹਮਾਰਾ ਡਰਾਮਾ ਬਹੁਤ ਅੱਛਾ ਹੈ ਡਰਾਮਾ ਜ਼ਰੂਰ ਦੇਖਣਾ ਬੜੀ ਅੱਛੀ ਗੱਲ ਅੱਛਾ ਹੁਣ ਤੁਸੀਂ ਇਹ ਵੀ ਕਹਿ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਇਹ ਕਹਿ ਦਿਓ ਜ਼ਰਾ ਉੱਚੀ ਬਾਤ ਕੀ ਕਹਿ ਰਹੇ ਹੋ ਆਹ ਜਿਹੜਾ ਚੈਨਲ ਤੁਸੀਂ ਤਾਂ ਵੇਖ ਰਹੇ ਹੋ ਰਾਸ਼ਦ ਮਾਲ ਆਰਟਿਸਟ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਰਾਸ਼ਦ ਮਾਲ ਚੈਨਲ ਹਾਂਜੀ ਉਹਨੂੰ ਕੀ ਸਬਸਕ੍ਰਾਈਬ ਕਰੋ ਜਿਹੜੇ ਇਹਨਾਂ ਨੂੰ ਨਹੀਂ ਕਹਿਣਾ ਆ ਰਹੇ ਉਹ ਤੁਸੀਂ ਕਹੋ ਬਸ ਵੀ ਜੇ ਇਹਨਾਂ ਨੂੰ ਨਹੀਂ ਨਾ ਕਹਿਣਾ ਆ ਰਿਹਾ ਰਾਸ਼ਦ ਕਮਾਲ ਚੈਨਲ ਠੀਕ ਹੈ ਜੀ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਦੇ ਬਟਨ ਨੂੰ ਪੁਸ਼ ਕਰੋ ਤਾਂ ਕਿ ਤੁਸੀਂ ਸਾਡੇ ਨਾਲ ਦੋਸਤ ਬਣ ਜਾਓ ਸਾਡੀ ਗੁਫ਼ਤਗੂ ਤੁਸੀਂ ਸੁਣਦੇ ਰਹੋ ਤਾਂ ਤੁਹਾਡੇ ਖਿਆਲ ਆ ਤੁਸੀਂ ਪੜਦੇ ਔਰ ਇੱਕ ਬੜੀ ਖੁਸ਼ੀ ਦੀ ਬਾਤ ਹੈ ਕਿ ਹਮਾਰੇ ਮੋਸਟ ਸੀਨੀਅਰ ਜੋ ਬੜੇ ਡਾਇਰੈਕਟਰ ਹੈ ਐਮ ਸਫਦਰ ਸਾਹਿਬ ਵੀ ਮੌਜੂਦ ਹੈ ਇੱਕ ਸੈਕਿੰਡ ਐਮ ਸਫਦਰ ਸਾਹਿਬ ਜੋ ਮੋਸਟ ਸੀਨੀਅਰ ਡਾਇਰੈਕਟਰ ਹੈ ਉਹ ਵੀ ਮੌਜੂਦ ਹੈ ਸਰ ਆਏ ਆ ਪਲੀਜ਼ ਕਾਈਂਡਲੀ ਗ੍ਰਾਂਟ ਮੀ ਲੀਵ ਫॉर ਵਨ ਸਫਦਰ ਸਾਹਿਬ ਇਸ ਚਾਹਤ ਕਾ ਨਾ ਤੁਮਨੇ ਕਹਿ ਲਈ ਕਿ ਅੱਛਾ ਚਾਹਤ ਕੋ ਨਾ ਆਪ ਨਜ਼ਦੀਕ ਸੇ ਲੇ ਜੀ ਔਰ ਚਾਹਤ ਮੈਡਮ ਨੇ ਅਭੀ ਜਾ ਕੇ ਤਿਆਰ ਹੋਣਾ ਹੈ ਉਹ ਇਸ ਲਈ ਥੋੜਾ ਸਾ ਡਿਸਟਰਬ ਸੀ ਹਮਾਰੇ ਅੰਦਰ ਖੜੀ ਹੈ ਲੇਕਿਨ ਇਹ ਜ਼ਰੂਰੀ ਹੈ ਮੈਡਮ ਚਾਹਤ ਇਹ 10 ਮਿੰਟ ਦੀ ਵੀਡੀਓ ਹੈ ਲੇਕਿਨ ਆਪਕੋ ਪੂਰੀ ਦੁਨੀਆ ਕੇ ਕੋਨੇ ਕੋਨੇ ਸੇ ਮੈਸੇਜ ਆਏਗੇ ਇਨਸ਼ਾਅੱਲਾ ਔਰ ਲੋਕ ਆਪਕੋ ਲਾਈਕ ਕਰਤੇ ਹੈ ਪਸੰਦ ਕਰਤੇ ਹੈ ਆ ਇਹ ਹਮਾਰੇ ਸਫਦਰ ਸਾਹਿਬ ਔਰ ਦੂਸਰੇ ਡਾਇਰੈਕਟਰ ਸਫਦਰ ਸਾਹਿਬ ਪਲੀਜ਼ ਇਧਰ ਆਏ ਔਰ ਇਸ ਡਰਾਮੇ ਕੇ ਬਾਰੇ ਮੇਂ ਬਤਾਏ ਅਗਰ ਸਮਝ ਆ ਰਹਾ ਹੈ ਤੋ ਇਹ ਸਾਰੇ ਦੋਸਤ ਕਬਰ ਕੀ ਨਹੀਂ ਹੁੰਦੀ ਇੰਨਾ ਜੀ ਜੀ ਸਫਦਰ ਸਾਹਿਬ ਅਸਲਾਮ ਅਲੈਕੁਮ ਮੈਂ ਆਪਕਾ ਆਪਣਾ ਐਮ ਸਫਦਰ ਆਪ ਆਈਏਗਾ ਡਰਾਮਾ ਦੇਖਨੇ ਹਮਾਰੇ ਫੈਸਲਾਬਾਦ ਮੇਂ ਬੈਠੇ ਹੋ ਜਾ ਚਾਹ ਤੋ ਲੋ ਜਾ ਰਹੀ ਹੈ ਤੋ ਆਪ ਇਨਕਾ ਡਰਾਮਾ ਦੇਖੇਗਾ ਇਨਸ਼ਾਅੱਲਾ ਤਾਲਾ ਲੁਤਫ ਅੰਦੋਜ਼ ਹੋਗੇ ਡਰਾਮਾ ਵੀ ਨਹੀਂ ਆਇਆ ਹੈ ਔਰ ਟੀਮ ਵੀ ਨਹੀਂ ਹੈ ਆਪ ਜ਼ਰੂਰ ਆਈਏਗਾ ਇਨਸ਼ਾਅੱਲਾ ਤਾਲਾ ਆਪਣੇ ਦੋਸਤੋ ਮੇਂ ਇਸਕਾ ਜ਼ਿਕਰ ਕੀਜੀਏਗਾ ਜ਼ੀਸ਼ਾਨ ਅਲੀ ਕੀ ਤਹਿਰੀਰ ਹੈ ਔਰ ਹਦਾਇਤ ਵੀ ਹਮ ਦੋਨੋ ਕੀ ਹੈ ਆਪ ਜ਼ਰੂਰ ਆਈਏਗਾ ਇਸਮੇ ਰਾਸ਼ਦ ਕਮਾਲ ਹੈ ਹਸਨੈਨ ਕਮਾਲ ਹੈ ਫਲਕ ਸ਼ੇਰ ਹੈ ਗੜਗੀਲਾ ਹੈ ਹਮਾਰੇ ਬਹੁਤ ਪਿਆਰੇ ਫਨਕਾਰ ਰਸ਼ਾ ਫੇਮ ਤਸਲੀਮ ਅਬਾਸ ਸਾਹਿਬ ਹੈ ਔਰ ਵੀ ਬਹੁਤ ਸੇ ਫਨਕਾਰ ਹੈ ਫੈਸਲ ਰਾਮੇ ਔਰ ਬਹੁਤ ਸੇ ਫਨਕਾਰ ਹੈ ਜੋ ਇਸ ਡਰਾਮੇ ਮੇਂ ਕਾਮ ਕਰ ਰਹੇ ਹੈ ਆਪ ਜ਼ਰੂਰ ਆਈਏਗਾ ਔਰ ਫੀਮੇਲ ਮੇਂ ਹੈ ਵਫਾ ਅਲੀ ਚਾਹਤ ਬਲੋਚ ਮੇਰੀ ਜਾਂ ਬੇਬੀ ਜਾਨ ਔਰ ਮੀਨਾ ਮੁਲਤਾਨੀ ਦੀਦਾਰ ਮੁਲਤਾਨੀ ਇਹ ਸਭ ਫਨਕਾਰ ਪੂਰੀ ਟੀਮ ਪੂਰੇ ਦਿਨੋਂ ਕੇ ਲੀਏ ਪੂਰੇ 7 ਦਿਨ ਕੇ ਲੀਏ ਆਪ ਜ਼ਰੂਰ ਆਈਏਗਾ ਔਰ ਡਰਾਮੇ ਕੋ ਜ਼ਰੂਰ ਦੇਖੀਏਗਾ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸਰ ਪਲੀਜ਼ ਕਾਇੰਡਲੀ ਆਪ ਹਮਾਰੇ ਮੋਸਟ ਸੀਨੀਅਰ ਡਾਇਰੈਕਟਰ ਹੈ ਇਹ ਆਪ ਸੇ ਕੁਛ ਰਿਕਵੈਸਟ ਸੇ ਮੈਂ ਪੁੱਛ ਰਹਾ ਹੂੰ ਜੀ ਜੀ ਕਿ ਚਾਹਤ ਬਲੋਚ ਕੇ ਹਵਾਲੇ ਸੇ ਆਪਕਾ ਕਾਮ ਕਿਆ ਮਾਇੰਡ ਹੈ ਬਹੁਤ ਅੱਛਾ ਮਾਇੰਡ ਹੈ ਇਹ ਬੜੀ ਅੱਛੀ ਕਾਵਿਸ਼ ਹੈ ਕਰਨੀ ਚਾਹੀਏ ਹੋਣੀ ਚਾਹੀਏ ਅੱਛਾ ਚਾਹਤ ਬਲੋਚ ਦਾ ਹੁਣ ਦਾ ਮਕਸਦ ਮੈਂ ਤੁਹਾਨੂੰ ਦੱਸਦਾ ਕਿਉਂਕਿ ਸੋਸ਼ਲ ਮੀਡੀਆ ਅੱਜ ਕੱਲ ਜਿੰਨਾ ਸਾਡੇ ਮੁਲਕ ਦੇ ਵਿੱਚ ਦੇਖਿਆ ਜਾਂਦਾ ਨਾ ਦੂਸਰਾ ਟੀਵੀ ਵੀ ਨਹੀਂ ਵੇਖਿਆ ਜਾਂਦਾ ਇਹ ਉਹ ਨੇ ਚਾਹਤ ਬਲੋਚ ਜਿਹੜਾ ਸੋਸ਼ਲ ਮੀਡੀਆ ਤੇ ਬੜੀ ਹਿੱਟ ਨੇ ਵਾਹ ਹਰ ਬੰਦਾ ਸੋਸ਼ਲ ਮੀਡੀਆ ਨੂੰ ਵੇਖਦਾ ਹੈ ਇਸ ਕਰਕੇ ਇਹਨਾਂ ਨੂੰ ਅਸੀਂ ਲੈ ਕੇ ਆਂਦਾ ਸਟੇਜ ਤੇ ਤਾਂ ਕਿ ਜਿੰਨੇ ਲੋਕ ਇਹਨਾਂ ਦੇ ਸੋਸ਼ਲ ਮੀਡੀਆ ਤੇ ਇਹਨਾਂ ਦੇ ਫੈਨ ਨੇ ਉਹ ਆਣ ਕੇ ਇਹਨਾਂ ਨੂੰ ਲਾਈਵ ਵੀ ਦੇਖਣ ਔਰ ਇਹਨਾਂ ਨੂੰ ਵੇਖਣ ਇਹਨਾਂ ਦੀਆਂ ਗੱਲਾਂ ਵੀ ਸੁਣਨ ਕਿਉਂਕਿ ਇਕੱਲਾ ਗਾਣਾ ਨਹੀਂ ਕਰਨਗੇ ਨਾਲ ਥੋੜੀ ਜਿਹੀ ਪਰਫਾਰਮੈਂਸ ਵੀ ਕਰਨਗੇ ਸਾਡੇ ਨਾਲ ਗੱਲਾਂ ਬਾਤਾਂ ਵੀ ਕਰਨਗੇ
ਔਰ ਗੱਲਾਂ ਬਾਤਾਂ ਕਰੋਗੇ ਨਾ ਸਾਡੇ ਨਾਲ? ਵੈਰੀ ਗੁੱਡ ਆ, ਦੇਖੋ ਵੀਡੀਓ ਦੇ ਵਿੱਚ ਕਹਿ ਰਹੇ ਨੇ ਸਾਨੂੰ ਤੇ ਗੱਲਾਂ ਵੀ ਸਾਡੇ ਨਾਲ ਕਰਨਗੇ ਪਿਆਰ ਮੁਹੱਬਤ ਨਾਲ, ਕਿਉਂਕਿ ਬੜੇ ਦੂਸਰੇ ਫਨਕਾਰ ਜਿਹੜੇ ਉਹ ਸਿਰਫ ਔਰ ਸਿਰਫ ਗਾਣਾ ਕਰਦੇ ਨੇ, ਗੱਲਾਂ ਨਹੀਂ ਕਰਦੇ, ਮਗਰ ਇਹ ਸਾਨੂੰ ਪਰਫਾਰਮ ਕਰਨਗੇ, ਬੜੀ ਇਸ ਗੱਲ ਦੀ ਖੁਸ਼ੀ ਹੋਈ ਹੈ। ਇਹ ਦੇਖਣ ਲਈ ਤੁਸੀਂ ਜ਼ਰੂਰ ਆਣਾ ਪੂਰੀ ਟੀਮ ਦੇ ਨਾਲ। ये देखिए आपको मैं ये बताऊं कि दीदार मुल्तानी हमारे साथ अभी गेटअप के अंदर नहीं है। अच्छा, गेटअप के बगैर, गेटअप के बगैर ये आती नहीं वीडियो में, लेकिन ये इनकी मोहब्बत है कि इन्होंने कहा कि यार कोई बात नहीं, हम गेटअप के बगैर भी आ सकते हैं। अच्छा, ये तुम गेटअप तो बगैर भी खूबसूरत लगते हो, तुम्हें पता मैडम। और दीदार मुल्तानी तुम्हें पता फैसलाबाद जो भी आई रौनक लग गई है, हम फिर काफी गैप तो बाद साढ़े को आई है। तो ये कि गाना कर रहे हो? अभी कोई फाइनल नहीं है, अभी फाइनल नहीं है, क्योंकि हमारी ड्रामे की रिहर्सल हो रही है। हाँ, ये सीक्रेट है हमारा, सीक्रेट लेकिन आपके सामने हमारा कोई सीक्रेट नहीं है, हम आपसे जो कहेंगे वही करेंगे। दीदार मुल्तानी 29 नवंबर तो तुम मनरवा सन में काम कर रहे हो, सोहने मुखड़े और प्यारे मुखड़े, ये बारे में दसो लोगों को कि थोड़ा ये ड्रामा देखने वास्ते जरूर आओ, आप भी आओ, अपने दोस्तों को भी लेके आओ, और जो दोस्तों के अगो दोस्त ने उन्होंने भी लेके आओ। सर ड्रामे का नाम पूरा लेना, सॉरी, सोहने मुखड़े, प्यारे मुखड़े और बिगड़े मुखड़े। सोहने मुखड़े बहुत अच्छा प्लेस, सोहने मुखड़े बहुत अच्छा प्ले, सोहने मुखड़े देखना न भूलिएगा, आपकी अपनी चाहत बलोच आप सबका इंतजार करेगी दिल की गहराइयों से। बहुत प्यारा ड्रामा सोहने मुखड़े। जी हमारा ड्रामा शुरू हो रहा है जो 29 नवंबर थिएटर में, सोहने मुखड़े ड्रामा देखना न भूलिएगा, बहुत अच्छा ड्रामा है, मिस ना कीजिएगा ये ड्रामा। मिस करने वाला निगाह है। चलो जी, सोहने मुखड़े साढ़ा 29 नवंबर तो ड्रामा जो हो रहा है मनरवा समय जी गड़गीला साहब, सोहने मुखड़े ड्रामा देखे जी, बहुत अच्छा ड्रामा है हमारा। सोहने मुखड़े ना तू क्या मुखालफ मुखड़े? लो जी, साडा ड्रामा जरूर वेखण वास्ते आई हो, ये सारी गैदरिंग की वीडियो बनाने वास्ते आई सी कि असीं अपने ड्रामे की तुहानू पहुंचा रहे हैं कि साडा ड्रामा मनरवा सन में बहुत अच्छा हो रहा है, तो प्लीज़ देखना आओ। आ गड़गीला बड़ा अच्छा पार्ट कर रहा है, हाँ जी मूँह नहीं सही लेकिन पार्ट अच्छे करता है।